ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਹਾਂਜੀ, ਸਭ ਤੋਂ ਪਹਿਲਾਂ ਤਾਂ ਬਹੁਤ ਹੀ ਸਤਿਕਾਰ ਨਾਲ ਆਪ ਸਭ ਦਾ ਸਵਾਗਤ ਤੇ ਸਤਿ ਸ਼੍ਰੀ ਅਕਾਲ। ਅਸੀਂ ਆਪਣੀ ਫਿਲਮ ਦੇ ਲਈ ਇੱਥੇ ਆਏ ਹਾਂ ਜੀ, ਕਿਉਂਕਿ ਤੁਸੀਂ ਸਾਡੇ ਕੋਈ ਵੀ ਇੰਡਸਟਰੀ ਨਾਲ ਜੁੜਿਆ ਕੋਈ ਇਵੈਂਟ ਜਾਂ ਕੁਛ ਵੀ ਕੋਈ ਫਿਲਮ ਲਾਉਣੀ ਹੋਵੇ ਉਹ ਤਾਂ ਤੁਸੀਂ, ਤੁਹਾਡੇ ਤੋਂ ਬਿਨਾਂ ਇੰਪੋਸੀਬਲ ਹੈ। ਤੁਸੀਂ ਇੱਕ ਨਿਖਰ ਮਾਨ ਹੋ ਸਾਡੀ ਫਿਲਮ ਇੰਡਸਟਰੀ ਦਾ, ਤੇ ਕਿਉਂਕਿ ਅਸੀਂ ਆਪਣੇ ਚਾਹੁਣ ਵਾਲਿਆਂ ਤੱਕ ਤੁਹਾਡੇ ਥਰੂ ਹੀ ਆਪਣੀ ਗੱਲ ਪਹੁੰਚਾ ਸਕਦੇ ਹਾਂ। ਤਾਂ ਜਿਵੇਂ ਤੁਸੀਂ ਟ੍ਰੇਲਰ ਵਗੈਰਾ ਸਾਰਿਆਂ ਨੇ ਦੇਖੇ ਹੋਣੇ, ਬੜਾ ਵਧੀਆ ਰਿਸਪੋਂਸ ਮਿਲਿਆ ਜੀ। ਜਿਹਨੇ ਗਾਣੇ ਆਏ ਉਹਨਾਂ ਨੂੰ ਬੜਾ ਵਧੀਆ ਰਿਸਪੋਂਸ ਮਿਲਿਆ, ਟੀਜ਼ਰ ਆਇਆ ਉਹਨੂੰ ਬੜਾ ਵਧੀਆ ਰਿਸਪੋਂਸ ਮਿਲਿਆ। ਦਿਸ ਇਜ਼ ਦਾ ਫਸਟ ਫਿਲਮ ਆਈ ਥਿੰਕ ਕਿ ਤੁਸੀਂ ਜੇ ਸੋਸ਼ਲ ਮੀਡੀਆ ਉੱਤੇ ਜਾਂ ਯੂਟਿਊਬ ਉੱਤੇ ਦੇਖੋ, ਯੂਟਿਊਬ ਦੇ ਥੱਲੇ ਨਾ ਜਿੰਨੇ ਕਮੈਂਟ ਹੈਗੇ ਨੇ, ਤਾਂ ਉਹਦੇ ਉੱਤੇ ਪਹਿਲੇ ਆਪਣੇ ਆਪ ਹੀ ਲਿਖਿਆ ਹੋਇਆ ਸਾਡੇ ਜਿਹੜੇ ਚਾਹੁਣ ਵਾਲੇ ਨੇ ਵੀ ਕੁਛ ਨਵਾਂ ਲੱਗ ਰਿਹਾ, ਕੁਛ ਡਿਫਰੈਂਟ ਲੱਗ ਰਿਹਾ। ਤਾਂ ਆਪਾਂ ਹਰ ਵਾਰ ਕਰਦੇ ਤਾਂ ਰਹਿੰਦੇ ਹਾਂ ਵੀ ਕੁਛ ਡਿਫਰੈਂਟ ਹੋਊਗਾ ਜਾਂ ਕੁਛ ਵੱਖਰਾ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਅਸੀਂ ਇਸ ਵਾਰ ਵੱਖਰਾ ਕਰਤਾ ਹੋਇਆ ਕਿਉਂਕਿ ਕੰਟੈਂਟ ਇੱਦਾਂ ਦਾ ਬਿਲਕੁਲ ਕਦੇ ਡਿਲੀਵਰ ਹੋਇਆ ਨਹੀਂ ਪੰਜਾਬੀ ਇੰਡਸਟਰੀ 'ਚ, ਮੈਂ ਨਹੀਂ ਦੇਖਿਆ ਜਾਂਦਾ ਤੱਕ ਹੈ ਨਾ। ਔਰ ਜੇ ਗ੍ਰੇਂਜਰ ਵਾਲੇ ਤੌਰ 'ਤੇ ਦੇਖੀਏ ਜੀ, ਜਾਂ ਮੂਵੀ ਦਾ ਫਰਮਾਕਰ ਦੇਖੀਏ, ਜਿੰਨਾ ਹੁਣ ਤੱਕ ਬਾਹਰ ਆਇਆ ਆਊਟਲੁੱਕ, ਜਿੰਨੀ ਤੁਸੀਂ ਦੇਖੀਏ, ਜਿੰਨੀ ਵੀ ਟ੍ਰੇਲਰ ਤੋਂ ਲਾ ਲਓ, ਟੀਜ਼ਰ ਤੋਂ ਲਾ ਲਓ ਜਾਂ ਗਾਣੇ ਤੋਂ ਲਾ ਲਓ, ਤਾਂ ਉਹ ਆਪਣੇ ਆਪ ਹੀ ਦੱਸਦੀ ਹੈ ਵੀ ਇਹ ਮੂਵੀ ਕਿਸੇ ਵੀ ਹਾਲੀਵੁੱਡ ਜਾਂ ਬਾਲੀਵੁੱਡ ਦੀ ਮੂਵੀ ਤੋਂ ਫਰਮਾਕਰ ਤੌਰ 'ਤੇ ਜਾਂ ਐਗਜੀਕਿਊਸ਼ਨ ਵਾਲੇ ਤੌਰ 'ਤੇ ਘੱਟ ਨਹੀਂ ਹੈਗੀ ਸਾਡੀ ਮੂਵੀ, ਹੈ ਨਾ। ਅਤੇ ਇਹ ਸਾਡੀ ਕਲਾ ਸ਼ਕਾਰਾਂ ਨੂੰ ਤੁਸੀਂ ਸਾਰਿਆਂ ਨੇ ਜਿੱਥੇ ਜਿੱਥੇ ਸਾਡੀ ਤਮਾਮ ਦੁਨੀਆਂ ਦੇ ਵਿੱਚ ਭੈਣ ਭਰਾ ਬਜ਼ੁਰਗ ਮਾਤਾਵਾਂ ਬੱਚੇ ਬੈਠੇ ਨੇ, ਬੜਾ ਸਰਾਇਆ ਸੀਗਾ ਉਹ, ਬੜਾ ਪਿਆਰ ਮਿਲਿਆ ਸੀਗਾ ਇਹਨਾਂ ਨੇ। ਅਤੇ ਉਸ ਤੋਂ ਬਾਅਦ ਸਾਡੀ ਇੱਕ ਚਾਹਨਾ ਸੀਗੀ ਵੀ ਸਾਰੇ ਜਾਣੇ ਇਕੱਠੇ ਫਿਰ ਕੰਮ ਕਰੀਏ, ਕਿਉਂਕਿ ਜਦੋਂ ਇੱਕ ਟੀਮ ਗੋਲ ਕਰਕੇ ਆਉਂਦੀ ਤਾਂ ਫਿਰ ਦੂਜੀ ਵਾਰੀ ਫਿਰ ਪੱਕਾ ਹੁੰਦਾ ਵੀ ਜਾ ਕੇ ਫਿਰ ਖੇਡੀਏ ਜਾਂ ਫਿਰ ਉਹਦੇ ਗੋਲ ਕਰਕੇ, ਕਿਉਂਕਿ ਸਾਨੂੰ ਪਿਆਰ ਕਰਦੇ ਆ ਸਾਰੇ। ਤਾਂ ਫਿਰ ਇਹ ਹੁੰਦਾ ਵੀ ਕੰਟੈਂਟ ਕਿਹੜਾ ਡਿਲੀਵਰ ਕਰੀਏ, ਨਹੀਂ ਸਾਡਾ ਸੀਗਾ ਕਾਲਾ ਸ਼ਕਾਲਾ 2 ਵੀ ਅਸੀਂ ਦੁਬਾਰੇ ਬਣਾਈਏ, ਪਰ ਉਹਦੇ ਵਾਸਤੇ ਕੋਈ ਵਨ ਲਾਈਨ ਜਾਂ ਕੁਛ ਕਰੈਕਟ ਨਾ ਕਰੈਕ ਨਹੀਂ ਹੋ ਰਿਹਾ ਸੀਗਾ। ਫਿਰ ਸਾਡੇ ਡਾਇਰੈਕਟਰ ਸਾਹਿਬ ਜਿਹੜੇ ਅਮਰਜੀਤ ਜੀ, ਉਹਨਾਂ ਦੀ ਪਹਿਲੀ ਫਿਲਮ ਸੀ ਬਤੌਰ ਡਾਇਰੈਕਟਰ ਕਾਲਾ ਸ਼ਕਾਲਾ, ਅਤੇ ਉਹਨਾਂ ਦੇ ਕੰਟੈਂਟ ਸੀਗਾ ਜੀ। ਤਾਂ ਇਹ ਵੀ ਬਤੌਰ ਡਾਇਰੈਕਟਰ ਉਹਨਾਂ ਦੀ ਦੂਜੀ ਫਿਲਮ ਹੈ, ਅਤੇ ਕੰਟੈਂਟ ਵੀ ਉਹਨਾਂ ਦਾ, ਕ੍ਰੈਡਿਟ ਗੋਸ ਟੂ ਹਿਮ, ਕਿਉਂਕਿ ਉਹਨਾਂ ਨੇ ਜਦੋਂ ਸਾਨੂੰ ਇਹ ਵਨ ਲਾਈਨਰ ਜਿਹਾ ਕਰੈਕ ਕਰਕੇ ਸਾਨੂੰ ਸੁਣਾਇਆ, ਉਹਨਾਂ ਨੂੰ ਸਰਗੁਣ ਜੀ ਨੂੰ ਸੁਣਾਇਆ, ਮੈਨੂੰ ਸੁਣਾਇਆ ਜੀ, ਅਸੀਂ ਉਹਦੀ ਡਿਸੀਜਨ ਲੈ ਲਿਆ ਸੀ ਕਾਲਾ ਸ਼ਕਾਲ ਵੇਲੇ ਵੀ ਇੱਦਾਂ ਕੀਤਾ ਸੀਗਾ ਵੀ ਇਹ ਫਿਲਮ ਬਣਾਉਣੀ ਬਣਾਉਣੀ ਚੱਲੇ, ਕਿਉਂਕਿ ਹਰੇਕ ਐਕਟਰ ਦੀ ਹਰੇਕ ਐਕਟਰਸ ਦੀ ਇਹ ਚਾਹਨਾ ਹੁੰਦੀ ਹੈ ਵੀ ਵੱਖੋ ਵੱਖਰੇ ਕਿਰਦਾਰ ਕਰੀਏ ਜ਼ਿੰਦਗੀ ਦੇ ਵਿੱਚ। ਸੋ ਮੈਂ ਸਮਝਦਾ ਤੁਸੀਂ ਗਾਣੇ ਇਹ 'ਚ ਗਾਣੇ, ਮੈਂ ਤੁਹਾਨੂੰ ਇੱਕ ਵਾਰੀ ਇਨਫੋਰਮੇਸ਼ਨ ਦੇ ਦਿੰਦਾ ਸਾਰੀ ਮੂਵੀ ਦੀ ਜੀ, ਇਹਦੇ ਡਾਇਰੈਕਟਰ ਹੈਗੇ ਨੇ ਆਪਣੇ ਅਮਰਜੀਤ ਜੀ, ਜਿਨ੍ਹਾਂ ਨੇ ਕਾਲਾ ਸ਼ਕਾਲਾ ਬਣਾਈ ਸੀ, ਕੰਟੈਂਟ ਵੀ ਉਹਨਾਂ ਦਾ, ਸਕਰੀਨ ਪਲੇ ਵੀ ਉਹਨਾਂ ਦਾ, ਰਕੇਸ਼ ਧਵਨ ਉਹਨਾਂ ਨੇ ਡਾਇਲੋਗ ਲਿਖੇ ਨੇ ਇਹਦੇ ਜੀ, ਅਤੇ ਇਸ ਮੂਵੀ ਦਾ ਜਿਹੜਾ ਮਿਊਜ਼ਿਕ ਹੈ ਉਹ ਦਿੱਤਾ ਜੀ ਗੁਰਨਾਮ ਭੁੱਲਰ ਉਹਨਾਂ ਨੇ, ਅਤੇ ਸਾਰੇ ਗਾਣੇ ਗੁਰਨਾਮ ਭੁੱਲਰ ਉਹਨਾਂ ਨੇ ਲਿਖੇ ਨੇ। 5 ਗਾਣੇ ਨੇ ਇਸ ਮੂਵੀ ਦੇ ਵਿੱਚ, ਜਿਹਦੇ ਵਿੱਚੋਂ 2 ਗਾਣੇ ਇੱਕ ਟਾਈਟਲ ਟਰੈਕ ਚੱਲੇ ਐਂਡ ਦ ਸੈਕਿੰਡ ਵਨ ਪਾਗਲਪਨ, ਉਹ ਗੁਰਨਾਮ ਭੁੱਲਰ ਉਹਨਾਂ ਨੇ ਗਾਇਆ ਜੀ, ਅਤੇ ਉਸ ਤੋਂ ਬਾਅਦ ਇੱਕ ਗਾਣਾ ਗਾਇਆ ਜੀ ਅਫਸਾਨਾ ਖਾਨ ਉਹਨਾਂ ਨੇ, ਅਤੇ ਉਸ ਤੋਂ ਬਾਅਦ ਐਮੀ ਵਿਰਕ ਉਹਨਾਂ ਦਾ ਗਾਣਾ ਆਇਆ ਸੀ ਪਰਸੋਂ, ਉਹਨੂੰ ਵੀ ਬਹੁਤ ਸਾਰਾ ਪਿਆਰ ਦਿੱਤਾ ਸਾਰਿਆਂ ਨੇ ਜੀ, ਅਤੇ ਇੱਕ ਗਾਣਾ ਰਿਲੀਜ਼ ਹੋਣਾ ਕੱਲ੍ਹ ਨੂੰ ਜੀ ਸਾਡਾ ਕਮਲ ਖਾਨ ਉਹਨਾਂ ਨੇ, 5 ਗਾਣੇ ਆ ਇਹਦੇ ਵਿੱਚ ਜੀ। ਅਤੇ ਬਾਕੀ ਮੂਵੀ ਦੇ ਵਿੱਚ ਜਿਹੜੇ ਹੈਗੇ ਨੇ, ਜਿਵੇਂ ਕਾਲਾ ਸ਼ਕਾਲਾ ਬੰਦਾ ਜਦੋਂ ਤੁਹਾਨੂੰ ਦੱਸਿਆ ਪਹਿਲਾਂ, ਜਦੋਂ ਟੀਮ ਗੋਲ ਕਰਕੇ ਆਉਂਦੀ ਤਾਂ ਸਾਰੀ ਟੀਮ ਉਹੀ ਡੋਰ ਆਈ ਜਾਂਦੀ ਹੈ, ਜਾਵੇ ਉਹੀ ਬੰਦਾ ਪ੍ਰੈਫਰ ਕਰਦਾ ਵੀ ਉਹੀ ਟੀਮ ਅੱਗੇ ਜਾਵੇ ਫਿਰ ਦੁਬਾਰੇ ਖੇਡੇ, ਹੈ ਨਾ। ਤਾਂ ਸਾਡੇ ਡਾਇਰੈਕਟਰ ਸਾਹਿਬ ਨੇ, ਅਸੀਂ ਸਾਰਿਆਂ ਨੇ ਸੋਚਿਆ, ਮੈਂ ਅਤੇ ਸਰਗੁਣ ਜੀ ਤਾਂ ਹੈਗੇ ਆਫਕੋਰਸ, ਜਿਹੜੇ ਕਾਲਾ ਸ਼ਕਾਲਾ ਦੇ ਵਿੱਚ ਜਸਵਿੰਦਰ ਕੌਰ ਮੈਡਮ, ਜਿਹਨਾਂ ਨੇ ਬਹੁਤ ਜਿਹਦੀ ਸੈਕਿੰਡ ਇਨਿੰਗ ਉਹਨਾਂ ਦੇ ਦੁਬਾਰੇ ਸਟਾਰਟ ਕੀਤੀ ਉਹਨਾਂ ਨੇ ਕਾਲਾ ਸ਼ਕਾਲਾ ਤੋਂ, ਤਾਂ ਬਹੁਤ ਪਿਆਰ ਮਿਲਿਆ ਉਹਨਾਂ ਨੂੰ, ਬਹੁਤ ਜ਼ਿਆਦਾ ਉਹਦਾ ਆਰਟਿਸਟ ਨੇ ਥੀਏਟਰਾਂ ਦੇ ਪਹਿਲਾਂ ਜਿਹਨਾਂ ਦੇ ਦੂਰਦਰਸ਼ਨ ਨੂੰ ਕੰਮ ਕਰਦੇ ਰਹੇ ਨੇ, ਉਹ ਸਾਡੀ ਇਸ ਫਿਲਮ ਦੇ ਵਿੱਚ ਫਿਰ ਦਾਦੀ ਜੀ ਬਣੇ ਨੇ ਸਰਗੁਣ ਜੀ ਦੇ, ਅਤੇ ਇਹਨਾਂ ਦੇ ਫਾਦਰ ਸਾਹਿਬ ਬਣੇ ਨੇ ਜੀ ਪਵਨ ਮਲਹੋਤਰਾ ਜੀ, ਬਹੁਤ ਹੀ ਕਮਾਲ ਦੇ ਐਕਟਰ ਨੇ, ਕਿਉਂਕਿ ਬਾਲੀਵੁੱਡ ਵਿੱਚ ਉਹਨਾਂ ਨੇ ਧਾਰ ਕਮਾਈ ਹੋਈ ਹੈ ਜੀ, ਅਤੇ ਹਾਲੀਵੁੱਡ ਆਪਣੇ ਬਾਲੀਵੁੱਡ ਦੇ ਵੀ ਕਈ ਫਿਲਮਾਂ ਕੀਤੀਆਂ ਨੇ, ਹੁਣ ਬਾਲੀਵੁੱਡ ਵਿੱਚ ਦਾ ਪਿਛਲੇ ਇੱਕ ਫਿਲਮ ਆਈ ਸੀ 84, ਉਹ 'ਚ ਬਹੁਤ ਜ਼ਿਆਦਾ ਸਰਾਇਆ ਸੀ ਆਪਾਂ ਸਾਰਿਆਂ ਨੇ ਜੀ, 'ਚ ਇੰਸਪੈਕਟਰ ਉਹਨਾਂ ਨੇ ਕੀਤਾ ਸੀਗਾ ਜੀ। ਅਤੇ ਉਸ ਤੋਂ ਬਾਅਦ ਹਰਵੀ ਸੰਘਾ ਸਾਹਿਬ, ਅਤੇ ਵਰਿੰਦਰ ਬਨੀ ਜੀ, ਗੁਰਿੰਦਰ ਡਿੰਕੀ ਜੀ, ਇਹ ਸਾਰੇ ਸਾਡੇ ਇਸ ਜਿਹੜੀ ਸਾਡੀ ਜਿਹੜੀ ਚੱਲੇ ਫਿਲਮ ਆ ਉਹਦਾ ਪਾਰਟ ਨੇ ਜੀ, ਸਾਰੇ ਬਹੁਤ ਵਧੀਆ ਐਕਟ ਕੀਤਾ, ਤੁਸੀਂ ਸਾਰਿਆਂ ਨੂੰ ਯਾਦ ਕਰੋਗੇ। ਮੈਂ ਇਹੀ ਕਹੂੰਗਾ ਜੀ, ਇਹ ਫਿਲਮ ਜਿਹੜੀ ਸਾਡੀ ਹੈਗੀ ਹੈ ਜੀ ਚੱਲੇ, ਜਦੋਂ ਇਹ ਦੇਖ ਕੇ ਤੁਸੀਂ, ਕਿਉਂਕਿ ਹੁਣ ਤਾਂ ਕਹਿੰਦੇ ਨਾਈਆਂ ਨਾਈਆਂ ਵਾਲ ਗੱਡੀ ਕੇ, ਕਹਿੰਦੇ ਜੇ ਤੁਹਾਨੂੰ ਮੂਹਰੀ ਕਰਨੇ, ਕੱਲ੍ਹ ਸਾਡੀ ਫਿਲਮ ਸਿਨੇਮਾ ਘਰ ਦੇ ਵਿੱਚ ਲੱਗਣੀ ਹੈ, ਅਤੇ ਤੁਹਾਨੂੰ ਪਤਾ ਲੱਗ ਜਾਣਾ, ਪਰ ਸਾਨੂੰ ਜਿਹੜੇ ਆਪਣੇ ਇੰਟਰਨਲ ਸਾਨੂੰ ਜਿਹੜੀ ਫੀਲਡ ਹੈਗੀ ਹੈ, ਸਾਨੂੰ ਐਂ ਲੱਗਦਾ ਵੀ ਅਸੀਂ ਬਹੁਤ ਅੱਛਾ ਕੰਟੈਂਟ ਡਿਲੀਵਰ ਕੀਤਾ, ਆਪਣੇ ਵੱਲੋਂ ਅਸੀਂ ਬੈਸਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਇੱਦਾਂ ਦਾ ਕਰੈਕਟਰ ਕਦੇ ਨਹੀਂ ਕੀਤਾ ਸੀ, ਇੱਦਾਂ ਦੀ ਸਟੋਰੀ ਵੀ ਅੱਜ ਤੱਕ ਨਹੀਂ ਇੱਕ ਦੇ ਆਈ ਸੀਗੀ ਜੀ। ਇਹ ਮੂਵੀ ਤੁਹਾਨੂੰ ਪੂਰਾ ਇੰਟਰਟੇਨ ਕਰੂਗੀ, 2 ਘੰਟੇ 10 ਮਿੰਟ ਦੀ ਮੂਵੀ ਹੈ ਜੀ, ਪਰਿਵਾਰ ਦੇ ਵਿੱਚ ਬੈਠ ਕੇ ਦੇਖਣ ਵਾਲੀ ਮੂਵੀ ਹੈ, ਤੁਸੀਂ ਬੱਚਿਆਂ ਨਾਲ, ਬਜ਼ੁਰਗਾਂ ਨਾਲ, ਮਾਤਾਵਾਂ, ਹਰੇਕ ਏਜ ਨੂੰ ਇਹ ਮੂਵੀ ਪਸੰਦ ਆਊਗੀ। ਔਰ
ਮੈਂ ਖਾਸ ਤੌਰ ਤੇ ਅਸੀਂ ਇਸ ਗੱਲ ਦਾ ਖਾਸ ਜਿਵੇਂ ਸਰਗੁਣ ਜੀ ਹੈਗੇ ਨੇ ਜਾਂ ਅਮਰ ਜੀ ਹੈਗੇ ਨੇ ਸਾਡੇ ਡਾਇਰੈਕਟਰ ਜੀ ਤਾਂ ਖਾਸ ਤੌਰ ਤੇ ਇਸ ਗੱਲ ਦਾ ਖਿਆਲ ਰੱਖਦੇ ਹੁੰਦੇ ਵੀ ਕੋਈ ਵੀ ਕਦੇ ਮੂਵੀ ਇੱਦਾਂ ਦੀ ਨਾ ਬਣਾਈਏ, ਕੋਈ ਇੱਦਾਂ ਦਾ ਡਾਇਲੋਗ ਐਕਟਰਸ ਦੇ ਮੂੰਹੋਂ ਨਾ ਨਿਕਲੇ, ਕੋਈ ਇੱਦਾਂ ਦਾ ਅਸੀਂ ਐਕਸ਼ਨ ਨਾ ਕਰੀਏ, ਐਕਟ ਨਾ ਕਰੀਏ ਜਿਹਨੂੰ ਦੇਖ ਕੇ ਕਦੇ ਵੀ ਸਿਨੇਮਾ ਘਰ ਦੇ ਵਿੱਚੋਂ ਕਿਸੇ ਫਾਦਰ ਦੇ ਸਾਹਮਣੇ ਧੀ ਨੂੰ ਅੱਖਾਂ ਨੀਵੀਆਂ ਕਰਨੀਆਂ ਬਹਿਣ ਜਾਵਾਂ, ਕਿਸੇ ਬ੍ਰਦਰ ਦੇ ਸਾਹਮਣੇ ਕਿਸੇ ਭੈਣ ਨੂੰ ਸਿਨੇਮਾ ਘਰ ਵਿੱਚੋਂ ਸ਼ਰਮਿੰਦਾ ਹੋ ਕੇ ਉੱਠ ਕੇ ਜਾਣਾ ਹੋਵੇ, ਇਸ ਗੱਲ ਦਾ ਅਸੀਂ ਖਾਸ ਤੌਰ 'ਤੇ ਖਿਆਲ ਰੱਖਦੇ ਹੁੰਦੇ ਹਾਂ। ਹਮੇਸ਼ਾ ਪਰਿਵਾਰਕ ਫਿਲਮ ਬਣਾਉਂਦੇ ਹਾਂ ਜੀ, ਸੋ ਉਮੀਦ ਕਰਦਾ ਤੁਸੀਂ ਹਮੇਸ਼ਾ ਸਾਥ ਦਿੰਦੇ ਹੋ ਜੀ। ਇੱਕੋ ਇੱਕ ਬਸ ਮੈਂ ਬੇਨਤੀ ਕਰਦਾ ਹੁੰਦਾ ਵੀ ਜੇ ਤੁਹਾਨੂੰ ਮੂਵੀ ਵਧੀਆ ਲੱਗੇ ਜੀ ਤਾਂ ਉਹਨੂੰ ਆਪਣੇ ਜ਼ਰੂਰ ਦਿਲੋਂ ਸਪਰੈਡ ਜ਼ਰੂਰ ਕਰਿਓ ਉਹਦੀ ਗੁੱਡ, ਹੈ ਨਾ। ਜੇ ਤੁਹਾਨੂੰ ਵਧੀਆ ਲੱਗੀ ਮਾੜਾ ਲਿਖਣਾ ਤੁਹਾਡਾ ਬਿਲਕੁਲ ਸਹੀ ਹੈ, ਰਾਈਟ, ਜੇ ਤੁਹਾਨੂੰ ਮਾੜੀ ਲੱਗੀ ਤਾਂ ਜ਼ਰੂਰ ਮਾੜਾ ਲਿਖੋ, ਪਰ ਜੇ ਵਧੀਆ ਲੱਗੀ ਤਾਂ ਪਲੀਜ਼ ਸਾਡਾ ਜ਼ਰੂਰ ਸਾਥ ਦਿਓ। ਥੈਂਕ ਯੂ ਸੋ ਮੱਚ ਜੀ, ਗੋਡ ਬਲੈਸ ਯੂ। ਐਂਡ ਮੈਂ ਹੁਣ ਕਹਿਣਾ ਵੀ ਸਰਗੁਣ ਜੀ ਗੱਲ ਕਰ ਤੁਹਾਡੇ ਨਾਲ। ਸਰਗੁਣ ਜੀ ਸਤਿ ਸ਼੍ਰੀ ਅਕਾਲ ਜੀ, ਇਹਨਾਂ ਨੇ ਸਾਰਾ ਕੁਛ ਦੱਸ ਦਿੱਤਾ ਫਿਲਮ ਬਾਰੇ, ਹੁਣ ਮੇਰੇ ਕਹਿਣ ਦੇ ਕੁਛ ਹੈਗਾ ਨਹੀਂ, ਆਪਾਂ ਟੇਲਰ ਦੇਖ ਲੈਂਦੇ ਹਾਂ ਫਿਰ ਤੁਸੀਂ ਸਵਾਲ ਪੁੱਛ ਲਿਓ। ਵੱਖਰਾ ਕੀ ਦੇਖਣ ਨੂੰ? ਵੱਖਰਾ ਕੰਟੈਂਟ ਜੀ, ਸਟੋਰੀ ਤੁਹਾਨੂੰ ਵੱਖਰੀ ਦੇਖਣ ਨੂੰ ਮਿਲੂਗੀ, ਨਹੀਂ ਤਾਂ ਸਟੋਰੀਆਂ ਨਾਲ ਤਾਂ ਮਿਲਦੀਆਂ ਜੁਲਦੀਆਂ ਹੁੰਦੀਆਂ ਨੇ। ਜਿਹੜੇ ਜਿਹੜੇ ਇਹ ਦੋ ਲੋਕਾਂ ਦੀ ਸਟੋਰੀ ਹੈ ਜੀ, ਉਹ ਆਪਣੇ ਸੁਸਾਇਟੀ ਦਾ ਅਨਿੱਖੜ ਮੰਗ ਹੈ, ਜਿਹੜਾ ਅਸੀਂ ਸ਼ਬਦ ਝੱਲੇ ਇਹਦੇ 'ਚ ਰਿਵੀਲ ਕੀਤਾ, ਤਾਂ ਪੋਸਟਰ ਤੋਂ ਫਸਟ ਲੁੱਕ ਤੋਂ ਤੁਹਾਨੂੰ ਰਿਵੀਲ ਹੋਇਆ ਵੀ ਬਾਕੀ ਇਹਨਾਂ ਨੇ ਝੱਲਿਆਪਣ ਕੀਤਾ ਹੋਊਗਾ, ਹੈ ਨਾ ਜੀ, ਇੱਦਾਂ ਦੀਆਂ ਤੁਹਾਨੂੰ ਕਰੋਗੇ ਕਮਲੇ ਪੜਦੇ ਸਿਆਣੇ ਪੜਦੇ ਵਿਚਾਲੇ, ਬਸ ਥੋੜਾ ਜਿਹਾ ਥਰੈਡ ਹੈ, ਦੋਨੇ ਪਾਰਟ ਪਲੇ ਕਰਦਾ ਜੀ ਕਰੈਕਟਰ, ਦੋਨੇ ਕਰੈਕਟਰ ਸਾਰੇ ਤੁਸੀਂ ਦੇਖੋਗੇ, ਸਾਰੇ ਫਿਲਮ ਵੀ ਸਾਡੀ ਚੱਲ ਜਾਂਦੀ ਹੈ। ਪਰ ਇਸ ਤਰ੍ਹਾਂ ਅਸੀਂ ਡਿਫਾਈਨ ਇਹ ਕਰਦੇ ਹਾਂ ਵੀ ਅੱਜ ਕੱਲ੍ਹ ਤਰਜੀਹ ਦਾ ਦੌਰ ਹੈ ਜੀ, ਸਾਰੇ ਜਾਣੇ ਪਰ ਉਹ ਸਾਰਾ ਕੁਛ ਕਰਦੇ ਕਰਦੇ ਸੀ ਜ਼ਿੰਦਗੀ ਜਿਉਣਾ ਭੁੱਲ ਗਏ। ਸਾਡੀ ਇਹ ਫਿਲਮ ਇਹ ਸਿਖਾਉਂਦੀ ਹੈ ਕਿ ਆਪਾਂ ਨੂੰ ਜ਼ਿੰਦਗੀ ਬੜੀ ਖੂਬਸੂਰਤ, ਬੜਾ 84 ਲੱਖ ਦਾ ਕੱਟ ਕੇ ਸਾਨੂੰ ਇਹ ਜੀਵਨ ਮਿਲਿਆ, ਇਹਦਾ ਹਰ ਪਲ ਹਰ ਮੂਮੈਂਟ ਇਹਦੀ ਇੰਜੋਏ ਕੀਤੀ। ਨਹੀਂ ਨਹੀਂ ਜੀ, ਕਾਲਾ ਸ਼ਾ ਕਾਲਾ ਬਣਾਵਾਂਗੇ ਜੀ, 2021 ਚ ਆਊਗੀ ਸਾਡੀ ਫਿਲਮ। ਹੋ ਜੀ ਫਿਰ ਉਹ ਤਾਂ ਤੁਹਾਨੂੰ ਫਸਟ ਲੁੱਕ ਤੋਂ ਪਤਾ ਲੱਗ ਜੇ, ਕਾਲਾ ਸ਼ਾ ਕਾਲਾ ਆਈ ਸਾਡਾ ਕਿਸੇ ਨਾ ਕਿਸੇ ਦਾ ਮੂੰਹ ਕਾਲਾ ਬਣਾ ਵਿੱਚ ਫਿਰ ਪਤਾ ਲੱਗ ਜੇ ਤੁਹਾਨੂੰ, ਹੈ ਨਾ ਜੀ। ਤਾਂ ਹੁਣ ਅਸੀਂ ਉਹ ਧੁੰਦ ਦੇ ਪਿੱਛੇ ਪਿੱਛੇ ਗੱਡੀ ਲਾਉਣ ਤੋਂ ਆਪ ਜਾ ਕੇ ਪੂਰੇ ਲਾ ਲਈ, ਹੁਣ ਪਿੱਛੇ ਪਿਛੇ ਸਾਰੇ ਤੁਰ ਪੈਣ ਜੀ, ਡਿਫਰੈਂਟ ਟੋਟਲੀ ਡਿਫਰੈਂਟ ਮੂਵੀ ਹੈ। ਇਹਦੀ ਸ਼ੂਟਿੰਗ ਬਰਮਿੰਘਮ ਦੇ ਲਾਗੇ ਹੋਈ ਹੈ ਜੀ, ਪਿੰਡਾਂ ਦੇ ਵਿੱਚ ਜੀ, ਪਿੰਡ ਦਾ ਨਾਮ ਤਾਂ ਮੈਡਮ ਬਹੁਤ ਸੋਹਣਾ ਬੋਲ ਲੈਂਦੇ ਜੀ, ਹੈਫਰਡਸ਼ਾਇਰ ਦੀ ਅੱਧੇ ਘੰਟੇ ਦੀ ਵਾਟ ਤੇ ਪਿੰਡ ਸੀਗਾ ਜੀ ਬਰਮਿੰਘਮ ਤੋਂ, ਉੱਥੇ 3 ਦਿਨ ਉੱਥੇ ਸ਼ੂਟਿੰਗ ਹੋਈ ਹੈ ਜੀ, 5 ਦਿਨ ਦੀ ਸਾਡੀ ਸ਼ੂਟਿੰਗ ਸੀਗੀ ਜਿਹੜੀ ਇੱਥੇ ਜੀ ਇੱਕ ਬਹੁਤ ਨੇੜੇ ਹੋਈ। ਜਿਹੜੀ ਫਿਲਮ ਹੁੰਦੀ ਹੈ ਦੇਖੋ, ਉਹ ਕੰਟੈਂਟ ਜਾਂ ਸਟੋਰੀ ਤੁਹਾਨੂੰ ਦੱਸ ਦਿੰਦੀ ਵੀ ਉਹ ਕਿੱਥੇ ਦਾ ਫਰਮਾਂਕਣ ਕਿੱਥੇ ਹੋ ਸਕਦਾ। ਜੇ ਹੁਣ ਫਿਲਮ ਸਰਪੰਚੀ ਜਾਂ ਨੰਬੜਦਾਰੀ ਦੇ ਹੋਏ, ਆਪਾਂ ਇੱਥੋਂ ਪਿੰਡ ਤੋਂ ਕੱਢ ਕੇ ਇਹਨੂੰ ਚੱਕ ਕੇ ਇੰਗਲੈਂਡ ਲੈ ਜੇ, ਉਹ ਤਾਂ ਆਪਣੇ ਆਪ ਵਿੱਚ ਹੀ ਨਾ ਡਿਜ਼ਾਸਟਰ ਹੈ ਜੀ। ਤਾਂ ਇਹ ਫਿਲਮ ਦਾ ਜਿਹੜਾ ਕਹਾਣੀ ਹੈ ਜੀ, ਉਹ ਉੱਥੋਂ ਦੇ ਇੱਕ ਰਿਲੀਜ਼ ਪਰਿਵਾਰ ਦੀ ਹੈ ਜੀ, ਉਹ ਇੰਗਲੈਂਡ ਦੇ ਵੀ ਹੈਗੇ ਪੰਜਾਬੀ ਨੇ, ਸਟੋਰੀ ਉਹ ਤੋਂ ਗਿਆ, ਇਸ ਕਰਕੇ ਅਸੀਂ ਉੱਥੇ ਬੋਲਦੇ ਹਾਂ। ਸਾਰੇ ਹੀ ਚੱਲੇ ਨੇ ਜੀ, ਟ੍ਰੇਲਰ ਦੀ ਸ਼ੁਰੂਆਤ ਜਦੋਂ ਹੁੰਦੀ ਹੈ ਤਾਂ ਉਹ ਕਹਿੰਦੇ ਕਿ ਕੁੜੀ ਦੇ ਦਿਮਾਗ ਦੇ ਚੱਕਰ ਪੁੱਠੇ ਨੇ, ਤਾਂ ਹੀ ਕਰਕੇ ਉਹਨੂੰ ਚੱਲੀ ਕਹਿੰਦੇ ਨੇ।
ਉਹਦਾ ਆਪਣੇ ਇਮੋਸ਼ਨ ਦੇ ਉੱਤੇ ਕੰਟਰੋਲ ਨਹੀਂ। ਕੋਈ ਲਾਈਨ ਹੁੰਦੀ ਹੈ ਨਾ, ਹੱਸਦੀ ਹੈ ਤਾਂ ਬਹੁਤ ਹੱਸਦੀ ਹੈ, ਰੋਂਦੀ ਹੈ ਤਾਂ ਬਹੁਤ ਰੋਂਦੀ ਹੈ, ਗੁੱਸਾ ਕਰਦੀ ਹੈ ਤਾਂ ਬਹੁਤ ਗੁੱਸਾ ਕਰਦੀ ਹੈ, ਤਾਂ ਉਸ ਤਰੀਕੇ ਦੀ ਝੱਲੀ ਆ। ਬਾਕੀ ਤੁਹਾਨੂੰ ਦੇਖ ਕੇ ਵੀ ਲੱਗ ਰਿਹਾ ਹੋਣਾ ਝੱਲੀ। ਹਾਂਜੀ, ਮੇਰੀ ਬਾਇਓਪਿਕ ਹੈ ਜੀ, ਨਹੀਂ ਮੇਰੀ ਪਰਸਨਲ ਲਾਈਫ ਤੋਂ ਨਹੀਂ ਕਰਦੀ ਜੀ। ਦੇਖੋ ਹੁਣ ਮੈਂ ਹੱਸ ਰਹੀ ਸੀ, ਮੈਂ ਆਪਣੇ ਆਪ ਚੁੱਪ ਹੋ ਗਈ, ਜੇ ਨੀਂਦਾ ਹੁੰਦੀ ਹੈ ਚੁੱਪ ਨਹੀਂ ਹੁੰਦੀ। ਟੀਵੀ ਚ ਵੀ ਮੈਨੂੰ ਏਦਾਂ ਹੀ ਸੁਣੀ ਗਿਆ, ਬੜੀ ਭੈੜੀ ਆਵਾਜ਼ ਹੈ, ਬਟ ਮਤਲਬ ਟੀਵੀ ਤੋਂ ਪਹਿਲਾਂ ਮੇਰਾ ਬਹੁਤ ਮਜ਼ਾਕ ਉੜਿਆ ਹੈ ਨਾ, ਮੈਨੂੰ ਫਟਾਵਾ ਢੋਲ ਕਹਿੰਦੇ ਸੀ ਸਾਰੇ, ਕਹਿੰਦੇ ਸੀ ਉਹ ਫਟਾਵਾ ਢੋਲ ਫਟਾਵਾ ਢੋਲ, ਮੇਰੀ ਆਵਾਜ਼ ਪ੍ਰੋਪਰਲੀ ਨਿਕਲਦੀ ਨਹੀਂ ਸੀ, ਪਰ ਪੰਜਾਬੀ ਸਿਨੇਮਾ ਚ ਮੇਰੀ ਪਹਿਚਾਣ ਮੇਰੀ ਆਵਾਜ਼ ਕਰਕੇ ਮੈਨੂੰ ਲੱਗਦਾ ਕਦੇ ਕਦੇ, ਕਿਉਂਕਿ ਲੋਕਾਂ ਨੂੰ ਮੇਰੀ ਆਵਾਜ਼ ਬਹੁਤ ਜ਼ਿਆਦਾ ਪਸੰਦ ਆਈ ਹੈ ਮੇਰੇ। ਹੁਣ ਮੈਨੂੰ ਲੱਗਦਾ ਮੈਂ ਸਹੀ ਕੀਤਾ ਕਿ ਮੈਂ ਇੰਨਾ ਚੀਖੀ ਜਦੋਂ ਮੈਂ ਛੋਟੀ ਸੀ, ਜਦੋਂ ਮੈਂ ਬੱਚੀ ਸੀ। ਡਾਕਟਰ ਸਾਹਿਬ ਨੇ ਕਿਹਾ ਸੀ, ਕਹਿੰਦੇ ਜਾਂ ਤਾਂ ਇੱਕ ਹਫ਼ਤੇ ਚੁੱਪ ਕਰੇਗੀ ਤਾਂ ਇਹਦੀ ਆਵਾਜ਼ ਠੀਕ ਹੋਏਗੀ, ਜਾਂ ਤਾਂ ਆਪਰੇਸ਼ਨ ਕਰਾਉਣਾ ਪਊਗਾ। ਮੈਂ ਦੋਨੋਂ 'ਚ ਕੁਛ ਨਹੀਂ ਕੀਤਾ, ਹੁਣ ਇੱਦਾਂ ਦੀ ਰਹਿਣੀ। ਮੈਂ ਦੱਸ ਕੇ ਜੀ, ਸਟੋਰੀ ਉੱਥੋਂ ਦੀ ਹੈ ਜੀ, ਸਟੋਰੀ ਉੱਥੋਂ ਦਾ ਇੱਕ ਰੀਸ ਹੈ, ਉੱਥੋਂ ਦੀ ਸਟੋਰੀ ਹੈ ਜੀ, ਜਿਹੜੀ ਸਟੋਰੀ ਅਸੀਂ ਬਣਾਈ ਹੈ ਜੀ, ਜਿਹੜੀ ਸਾਰੇ ਐਕਚੁਅਲੀ ਹੈਗੀ ਹੈ ਜੀ। ਜਦੋਂ ਇੱਕ ਜਿਹੜਾ ਜਿਹੜਾ ਸਟੋਰੀ ਰਾਈਟਰ ਹੈ ਜੀ, ਜਦੋਂ ਉਹ ਲਿਖਦਾ ਹੈ, ਉਹ ਉਹਦੀ ਦਿੱਖ ਦੇ ਮੁਤਾਬਕ, ਉਹਦੀ ਲਿਖਣ ਦੇ ਮੁਤਾਬਕ ਫਿਲਮ ਬਣਦੀ ਹੈ। ਕਿਹੜੀ ਤਾਂ ਉਹ ਲਿਖਦਾ ਵੀ 100 ਘੋੜੇ ਉੱਧਰੋਂ ਆ ਗਏ, ਦੁਸ਼ਮਣ ਚੜ੍ਹ ਕੇ, ਫਿਰ ਜਿਹੜਾ ਪ੍ਰੋਡਿਊਸ